ਸੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਤਿੱਖਾ ਪਰਿਵਾਰਾਂ ਸਮੇਤ ਸੰਘਰਸ਼ ਕੀਤਾ ਸੀ, ਜਿਹਦੀ ਬਦੌਲਤ ਇੱਥੋਂ ਦੀ ਪੰਜਾਬ ਗੌਰਮੈਂਟ ਦੇ ਨਾਲ ਸਾਡੀ ਜਿਹੜੀ ਉਹ ਮੀਟਿੰਗ ਤੈਅ ਕਰਵਾਈ ਸੀਗੀ, ਜਿਹੜੀ ਅੱਜ ਦੀ ਮੀਟਿੰਗ ਸੀਗੀ ਉਹ। ਪਰ ਇੱਥੋਂ ਦੀ ਜਿਹੜੀ ਚੰਨੀ ਹਕੂਮਤ ਆ ਉਹ ਕੈਪਟਨ ਨਾਲੋਂ ਵੀ ਦੋ ਰਾਤੀਆਂ ਉੱਪਰ ਦੀ ਹੈਗੀ। ਸੋ ਜਿੱਥੇ ਕੈਪਟਨ ਮੁੱਕਰਦਾ ਰਿਹਾ ਮੀਟਿੰਗਾਂ, ਅੱਜ 11ਵੀਂ ਮੀਟਿੰਗ ਆ ਜਿਹੜੀ ਉਹ ਵੀ ਇੱਥੋਂ ਦੀ ਹਕੂਮਤ ਆ ਜਿਹੜੀ ਚੰਨੀ ਹਕੂਮਤ ਉਹ ਮੁੱਕਰੀ ਹੈਗੀ। ਸਾਡੇ ਠੇਕਾ ਮੁਲਾਜ਼ਮਾਂ ਨਾਲ ਧਰੋ ਕਮਾਇਆ ਗਾ, ਧੋਖਾ ਕਮਾਇਆ ਗਾ। ਅਸੀਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ਾਂ ਦੇ ਰਾਹ ਪਏ ਹੋਏ ਹਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਤੋਂ ਹੀ ਅਸੀਂ ਦੁਬਾਰਾ ਫਿਰ ਪੰਜਾਬ ਦੇ ਵਿੱਚ ਚੱਕਾ ਜਾਮ ਕਰਨ ਜਾ ਰਹੇ ਹਾਂ, ਕਿਉਂਕਿ ਅੱਜ ਜਿਹੜੀ ਸਾਡੀ ਮੀਟਿੰਗ ਸੀ ਇੱਥੋਂ ਸਾਨੂੰ ਬਾਹਰ 'ਚੋਂ ਮੋੜਿਆ ਗਿਆ ਗਾ, ਇਹ ਕਹਿ ਕੇ ਮੋੜਿਆ ਗਿਆ ਵੀ ਚੰਨੀ ਸਾਹਿਬ ਮੀਟਿੰਗਾਂ ਦੇ ਵਿੱਚ ਆ, ਅਤੇ ਅਸੀਂ ਵੀ ਕੋਈ ਮੀਟਿੰਗ ਕਰਨ ਹੀ ਆਏ ਸੀ, ਅਸੀਂ ਉਹ ਤੋਂ ਕੁਛ ਹੋਰ ਨਹੀਂ ਲੈਣ ਆਏ ਸੀਗੇ, ਅਸੀਂ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਇੱਥੇ ਹਾਜ਼ਰ ਹੋਏ ਸੀਗੇ, ਜਦੋਂ ਜਿਹੜਾ ਸਾਨੂੰ ਇੱਥੋਂ ਦੇ ਅਧਿਕਾਰੀਆਂ ਨੇ ਇੱਥੇ ਸਾਨੂੰ ਬੁਲਾਇਆ ਸੀਗਾ। ਪਰ ਅੱਜ ਸਾਨੂੰ ਖਾਲੀ ਹੱਥ ਮੋੜਿਆ ਗਿਆ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੱਲ੍ਹ ਨੂੰ ਆ ਅਸੀਂ ਪੂਰੀਆਂ ਪੰਜਾਬ ਦੀਆਂ ਸੜਕਾਂ ਜਿਹੜੀਆਂ ਉਹ ਜਾਮ ਕਰਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਮਸਲੇ ਨੂੰ ਪੂਰੇ ਨਹੀਂ। ਹਾਂਜੀ, ਜਿਵੇਂ ਠੇਕਾ ਮੁਲਾਜ਼ਮ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਅਸੀਂ ਲਗਾਤਾਰ ਮੋਰਚੇ ਦੇ ਬੈਨਰ ਹੇਠ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਘੋਲ ਆ ਉਹ ਕਰਦੇ ਆ ਰਹੇ ਹਾਂ। ਸਰਕਾਰ ਨੇ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ 70-75 ਦਿਨ ਅਸੀਂ ਮਰਿੰਡੇ ਦੀ ਧਰਤੀ 'ਤੇ ਬੈਠੇ, ਪਟਿਆਲੇ ਬੈਠੇ, ਪਰ ਸਾਡੀ ਸਾਰ ਨਹੀਂ ਲਈ। ਫਿਰ ਦੁਬਾਰਾ ਅਸੀਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਿਹੜਾ ਲਗਾਤਾਰ ਮੁੱਖ ਮੰਤਰੀ ਜਾਂਦਾ ਕਿਤੇ ਵੀ ਜਾਂਦਾ, ਅਸੀਂ ਉਹਦਾ ਸਵਾਲ ਕਰਦੇ ਹਾਂ, ਪਰ ਸਵਾਲ ਦੇਣ ਦੀ ਜਵਾਬ ਦੇਣ ਦੀ ਬਜਾਏ ਸਾਡੇ 'ਤੇ ਉੱਥੇ ਲਾਠੀਚਾਰਜ ਹੁੰਦਾ, ਸਾਨੂੰ ਜੇਲ੍ਹਾਂ 'ਚ ਧੱਕਿਆ ਜਾਂਦਾ। ਪਰ ਅੱਜ ਜਦੋਂ ਸਾਨੂੰ ਪਿੱਛੇ ਅਸੀਂ ਜਾਮ ਲਾਏ ਹਾਂ ਤਾਂ ਸਾਨੂੰ ਮੁੱਖ ਮੰਤਰੀ ਦੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਜਿਹੜਾ ਕਿ 6 ਵਜੇ ਦਾ ਸੀ। ਲਗਾਤਾਰ ਅਸੀਂ ਸਵੇਰ ਤੋਂ ਵੇਟ ਕਰਦੇ ਆ, ਸਮਾਂ ਦੇਖ ਲਓ ਕਿਹੜਾ ਹੋ ਗਿਆ, ਪਰ ਸਾਡੇ ਨਾਲ ਮੀਟਿੰਗ ਨਹੀਂ ਕੀਤੀ। ਜਿਹੜਾ ਕਹਿ ਰਹੇ ਵੀ ਗਰੀਬਾਂ ਦਾ ਮੁੱਖ ਮੰਤਰੀ ਹੈ, ਗਰੀਬਾਂ ਦੀ ਗੱਲ ਸੁਣ ਲਿਆ, ਅਤੇ ਅਸੀਂ ਇਨਸਾਫ ਪਸੰਦ ਲੋਕਾਂ ਨੂੰ ਅਤੇ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਠੇਕਾ ਮੁਲਾਜ਼ਮ ਮੋਰਚਾ ਜੋ ਲੜਾਈ ਲੜ ਰਿਹਾ ਠੇਕਾ ਕਾਨੂੰਨ ਵਿਭਾਗ 'ਚ ਲੈ ਕੇ ਰੈਗੂਲਰ ਕਰਨ ਦੀ, ਉਹਦੇ ਵਿੱਚ ਸਮੂਹ ਵਿਭਾਗਾਂ ਦੇ ਜਿਹੜੇ ਠੇਕਾ ਮੁਲਾਜ਼ਮ ਆ ਅਸੀਂ ਮੋਰਚੇ ਦੇ ਵੱਲੋਂ ਅਪੀਲ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਕੱਠੇ ਹੋਈਏ ਅਤੇ ਸਰਕਾਰ ਖਿਲਾਫ਼ ਜਿਹੜਾ ਐਜੀਟੇਸ਼ਨ ਆ, ਕੱਲ੍ਹ ਨੂੰ ਵੀ ਅਸੀਂ ਮੋਰਚੇ ਦੇ ਬੈਨਰ ਹੇਠ ਪ੍ਰੋਗਰਾਮ ਕਰਨ ਜਾ ਰਹੇ ਹਾਂ। ਕੱਲ੍ਹ ਨੂੰ ਪੰਜਾਬ ਦੀਆਂ 2 ਥਾਵਾਂ ਜਿਹੜੀਆਂ ਉਹ ਬੰਦ ਕਰਨੀਆਂ, ਅਤੇ ਉਹਦੇ ਵਿੱਚ ਅਸੀਂ ਜਿੰਨੀਆਂ ਵੀ ਸਮੂਹ ਜਥੇਬੰਦੀਆਂ ਠੇਕੇ ਵਾਲੀਆਂ ਜਥੇਬੰਦੀਆਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮੋਰਚੇ ਦੇ ਬੈਨਰ ਹੇਠ ਇਕੱਠੇ ਹੋ ਕੇ ਆਪਾਂ ਲੜੀਏ ਤਾਂ ਜੋ ਜਿਹੜੀ ਸਰਕਾਰ ਤੋਂ ਆਪਾਂ ਮੰਗਾਂ ਮਨਵਾ ਸਕੀਏ, ਅਤੇ ਸਰਕਾਰ ਨੂੰ ਵੀ ਅਸੀਂ ਮੋਰਚੇ ਵੱਲੋਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਸਰਕਾਰ ਭੁਲੇਖੇ 'ਚ ਨਾ ਰਹੇ, ਸਰਕਾਰ ਸਾਡੀਆਂ ਗੱਲਾਂ ਨੂੰ ਮੰਗਾਂ ਨੂੰ ਪ੍ਰਵਾਨ ਕਰੇ, ਭੁਲੇਖੇ 'ਚ ਨਾ ਰਹੇ, ਇਹ ਨਾ ਸੋਚੇ ਵੀ ਚੋਣ ਜ਼ਾਬਤਾ ਲਾ ਕੇ ਸਾਡਾ ਸੰਘਰਸ਼ ਖਤਮ ਹੋ ਜੂਗਾ। ਅਸੀਂ ਆਪਣੇ ਇਸ ਘੋਲ ਨੂੰ ਲਗਾਤਾਰ ਜਿਹੜਾ ਉਹ ਜਾਰੀ ਰੱਖਾਂਗੇ, ਅਤੇ ਅਸੀਂ ਪੰਜਾਬ ਦੇ ਜਿੰਨੇ ਵੀ ਠੇਕਾ ਕੰਮ ਆ ਉਹਨਾਂ ਨੂੰ ਅਪੀਲ ਕਰਾਂਗੇ ਕੱਲ੍ਹ ਨੂੰ ਪੰਜਾਬ ਦੇ ਵਿੱਚ ਜਿਹੜੇ ਜਾਮ ਲੱਗ ਰਹੇ ਆ ਉਹਨਾਂ ਵਿੱਚ ਹੁੰਮਾ ਕੇ ਪਹੁੰਚੋ। ਸਾਰੇ ਸਾਥੀਆਂ ਦਾ ਧੰਨਵਾਦ। ਅਸੀਂ ਜੋ ਮੋਰਚੇ ਦੇ ਆਗੂਆਂ ਨੂੰ ਦੱਸਿਆ ਆਉਣ ਵਾਲਾ ਜਿਹੜਾ ਸੰਘਰਸ਼ ਆ, ਜਿਹੜੇ ਹਾਕਮ ਐਂ ਲੱਗਦਾ ਲੋਕਾਂ ਨੂੰ ਪਤਾ ਲੱਗਦਾ, ਇਹਨਾਂ ਨੂੰ ਐਂ ਲੱਗਦਾ ਵੀ ਅਸੀਂ ਵਾਰ ਵਾਰ ਝੂਠ ਮਾਰ ਕੇ, ਜਿਵੇਂ ਮੋਦੀ ਕਹਿੰਦਾ ਵੀ ਮੈਂ ਚਾਹ ਵੇਚਦਾ ਰਿਹਾ, ਇਹ ਮੁੱਖ ਮੰਤਰੀ ਕਹਿੰਦਾ ਮੈਂ ਗਰੀਬਾਂ ਦਾ ਮੁੱਖ ਮੰਤਰੀ ਹਾਂ, ਮੈਂ ਮੰਜੇ ਪਾਉਂਦਾ ਰਿਹਾ, ਮੈਂ ਟੈਂਟ ਦੀ ਦੁਕਾਨ ਕੀਤੀ ਆ, ਮੈਂ ਪਟਾਕਿਆਂ ਦੀ ਰੇਹੜੀ ਲਾਈ ਆ, ਮੈਂ ਬਹੁਤ ਗਰੀਬਾਂ ਵਾਲੇ ਕੰਮ ਕੀਤੇ ਆ। ਪਰ ਜਿਹੜੇ ਆ ਗਰੀਬ ਆ ਠੇਕੇ ਵਾਲੇ ਜਿਹੜੇ 8-8 ਹਜ਼ਾਰ 'ਤੇ ਲੱਗੇ ਆ, ਇਹ ਮਹਿਕਾਂ ਦੇ ਬਿਆਨ ਦਿੰਦਾ ਜਦੋਂ ਸਾਡੇ ਬੰਦੇ ਜਾਂਦੇ ਆ ਝੰਡੀਆਂ ਦਿਖਾਉਣ ਵੀ ਇੱਥੇ ਕਿਉਂ ਆਉਂਦੇ ਆ, ਜੇ ਇਹ ਆਉਣਗੇ ਅਸੀਂ ਪਰਚੇ ਦਰਜ ਕਰਾਂਗੇ, ਜੇਲ੍ਹਾਂ 'ਚ ਸੁੱਟਾਂਗੇ, ਸਮਰ ਨਾਲ ਆ ਕੇ ਗੱਲ ਕਰਨ, ਐਂ ਦੇ ਘਰ ਆਏ ਹਾਂ ਗੱਲ ਕਰਨ। 58 ਦਿਨਾਂ ਦੇ ਘਰੇ ਪੱਕਾ ਮੋਰਚਾ ਲਾ ਕੇ ਬੈਠੇ ਰਹੇ ਹਾਂ, ਉਦੋਂ ਕਿੱਥੇ ਸੀ ਮੁੱਖ ਮੰਤਰੀ? 4.5 ਸਾਲ ਇਸ ਸਰਕਾਰ ਦੇ ਮੂੰਹ ਵੱਲ ਦੇਖਿਆ। ਆਉਣ ਵਾਲੇ ਦਿਨਾਂ 'ਚ ਜਿੱਥੇ ਵੀ ਇਹ ਜਾਣਗੇ ਉੱਥੇ ਠੇਕਾ ਮੁਲਾਜ਼ਮ ਝੰਡੀਆਂ ਪਰਿਵਾਰਾਂ ਸਮੇਤ ਜਾਣਗੇ। ਇਹ ਠੀਕ ਹੈ ਜਦੋਂ ਅਸੀਂ ਜਾਂਦੇ ਹਾਂ ਪਰਚੇ ਪਾਉਂਦੇ ਆ, ਇਹ ਕਹਿੰਦੇ ਆ ਅਕਾਲੀਆਂ ਦੇ ਛੱਡੇ ਆ, ਆਪ ਦੇ ਛੱਡੇ ਆ, ਅਸੀਂ ਸਾਰੀਆਂ ਪਾਰਟੀਆਂ ਨੂੰ ਇੱਕ ਮੰਨਦੇ, ਨਿੱਜੀਕਰਨ ਦੀ ਨੀਤੀ 'ਤੇ ਇੱਕ ਆ, ਅਤੇ ਆਉਣ ਵਾਲੇ ਦਿਨਾਂ 'ਚ ਇਹ ਸਰਕਾਰ ਨੂੰ ਦੱਸਾਂਗੇ ਠੇਕੇ ਵਾਲਿਆਂ ਦੀ ਤਾਕਤ ਕੀ ਹੁੰਦੀ ਆ, ਅਤੇ ਜਦੋਂ ਚੋਣ ਠੇਕਾ ਕੰਮ ਇਹਨੂੰ ਹੁਣ ਅਰਵਿੰਦ ਕੇਜਰੀਵਾਲ ਕਹਿ ਰਿਹਾ ਪੱਕੇ ਕਰਾਂਗੇ, ਪਾਣੀ ਦਾ ਜੂਸ ਲੈ ਕੇ ਜੂਸ ਪਿਆ ਰਿਹਾ ਅਕਾਲੀ ਜਿਹੜਾ ਬਾਦਲ ਆ, ਕਹਿੰਦਾ ਜੂਸ ਪਿਆ ਰਿਹਾ ਮੈਂ ਪੱਕੇ ਕਰੂੰਗਾ, ਇਹ ਸਭ ਵੋਟਾਂ ਲੈਣ ਦੇ ਮਾਰੇ ਆ, ਵੋਟਾਂ ਲੈਣ ਦੇ ਮਾਰੇ। ਕਾਂਗਰਸ ਪਹਿਲਾਂ ਕਹਿੰਦੀ ਸੀ ਪੱਕੇ ਮੁਲਾਜ਼ਮ ਕਰਾਂਗੇ, ਬਾਅਦ ਇਹਨਾਂ ਨੇ ਕਰੇ ਆ, ਜੇ ਹੁਣ ਅਸੀਂ ਲੜਦੇ ਹਾਂ, ਜੇ ਅਸੀਂ ਸੰਘਰਸ਼ ਕਰਦੇ ਹਾਂ, ਜੇ ਇਹਨਾਂ ਨੇ ਪਹਿਲਾਂ ਕਿਹਾ ਵਾਅਦੇ ਕੀਤੇ ਆ ਮੈਨੀਫੈਸਟੋ 'ਚ ਪਾਇਆ, ਤਾਂ ਅਸੀਂ ਸੰਘਰਸ਼ ਕਰ ਰਹੇ ਹਾਂ, ਇਹ ਸੰਘਰਸ਼ ਜਾਰੀ ਰਹੂਗਾ ਜਦੋਂ ਤੱਕ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ। ਅੱਜ ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸਾਰੇ ਸਵਾਈ ਆਗੂ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਥੇ ਰਹਿਸ਼ 'ਤੇ ਪੁੱਜੇ ਸੀਗੇ। ਇਹਨਾਂ ਨੇ ਸਾਨੂੰ ਜਿਹੜੇ ਅਸੀਂ ਪਿੱਛੇ ਰੋਸ ਧਰਨੇ ਕੀਤੇ ਨੇ, ਰੋਡ ਜਾਮ ਕੀਤੇ ਨੇ, ਚਾਹੇ ਉਹ ਜੀਰੇ ਦੇ ਵਿੱਚ, ਚਾਹੇ ਆਪਣੇ ਪੁਲਾਂ ਦੇ ਉੱਪਰ, ਚਾਹੇ ਖੰਨਾ ਸ਼ਹਿਰ ਦੇ ਵਿੱਚ, ਉਹਨੂੰ ਲੈ ਕੇ ਸਾਨੂੰ ਉੱਥੋਂ ਦੇ SDM ਨੇ ਇਹ ਚੰਨੀ ਸਾਹਿਬ ਦੇ ਨਾਲ ਮੀਟਿੰਗ ਦਿੱਤੀ ਸੀ। ਜਿਹੜਾ ਮੀਟਿੰਗ ਦੇ ਵਿੱਚ ਜਦੋਂ ਅਸੀਂ ਅੱਜ ਇੱਥੇ ਮੀਟਿੰਗ ਕਰਨਾ ਸ਼ਾਮ ਨੂੰ 6 ਵਜੇ, ਤਾਂ ਇੱਥੋਂ ਦੇ ਪ੍ਰਸ਼ਾਸਨ ਨੇ ਕਿਹਾ ਕਿ ਤੁਹਾਡੀ ਇੱਥੇ ਕੋਈ ਮੀਟਿੰਗ ਨਹੀਂ,
उस तो बाद दो तीन चार घंटे इतने खोजलते रहे, पर जोड़ा मुख्यमंत्री चन्नी ये ड्रामे करता, इन्हें अपने बार के टेंट ला रखे, वो टेंट के बच्चे कहता भी मैं एक महाराजा रणजीत सिंह राज लागू करना चाहना, पर इन्हें टेंट ला रखे एक ड्रामे बाजू। पर जिन्हें भी इतने लोग आए हुए ने सारे दुखी ने, चाहे वह मेरी भैन ने, चाहे वीर ने, चाहे बख बख विभागों के कामे ने, पर यह हर बार ठेका मुलाजम संघर्ष मोर्चे मीटिंग दे के मुकरदा। पर आने वाले दिनों के असी मुख्यमंत्री चरणजीत चन्नी यह कहना चाहते हैं, कांग्रेस सरकार को दसना चाहते हैं कि जेकर समूह पंजाब के कच्चे कामे जोड़े बख बख विभागों के कम करते हैं, जेकर सानू रेगूलर ना किया गया तो आने वाले दिनों के ठेका मुलाजम संघर्ष मोर्चे वालों तिखा संघर्ष किया जाऊगा। जेकर ये मुख्यमंत्री साडिया गल्लां ना सुनिया, साडिया मंगा ना मनिया, तो इस जिहड़ी अज मीटिंग सी जिहड़ी साडी मीटिंग तो अज भजे आ, इस दे रोस वजो कल नू ठेका मुलाजम संघर्ष मोर्चा वह पंजाब दे हाईवे जाम करूगा। वो हाईवे की जिम्मेवारी जो तो लोग परेशान होणगे, वह इतों का मुख्यमंत्री है जिहड़ा, वह जिम्मेवार है जां सरकार जिम्मेवार है। इस वक्त साडा कोई कसूर नहीं, साडा कोई दोष नहीं, असी जिहड़ियां वख वख जथेबंदियां इधर उधर तुरियां फिरदियां ने उन्होंने हाथ जोड़ के अपील करते हैं कि ठेका मुलाजम संघर्ष मोर्चे के झंडे थले इकट्ठे हो के आप जिहड़ा रोस है ये आप चन्नी के खिलाफ कर सकीए। सारे ठेका काम